ਇਹਨੂੰ ਦੇਖ ਦੇਖ ਕੇ ਕੁਸ਼ਨ ਖਾਈ ਜਾਣਾ ਆ ਉਖਲਾ ਗਈ ਉਹ ਬਣਾ ਦੋ ਕੀ ਖਾਣਾ ਆ ਯਾਰ ਕੁਝ ਵੀ ਬਣਾ ਦੋ ਹੁਣੇ ਤਾਂ ਮੈਗੀ ਖਾਂਦੀ ਸੀ ਤੂੰ ਤੇ ਮੈਗੀ ਤੋਂ ਬਾਅਦ ਭੁੱਖ ਨਹੀਂ ਲੱਗਦੀ ਤੇ ਮੈਗੀ ਉਹ ਤਾਂ ਦੱਸ ਕੀ ਖਾਣਾ ਆ ਰਾਜਾ ਚੌਲ ਬਣਾ ਦੋ ਰਾਜਮਾ ਚਾਵਲ ਹਲੇ 5-6 ਦਿਨ ਪਹਿਲੇ ਬਣਾਏ ਸੀਗੇ ਉਹਦੀ ਕੋਲੀ ਬਚਾ ਕੇ ਰੋਜ਼ ਖਾਈਆ ਹੱਥ ਰੱਖੇ ਨਹੀਂ ਭਰਿਆ ਯਾਰ ਜੋ ਵੀ ਪਿਆ ਥੋੜੇ ਦੇ ਰਾਜ ਮੈਂ ਪਹਿਲੇ ਰਾਜੇ ਉਹ ਬਣਾ ਦੋ ਉਹ ਬੋ ਮਾਰੀ ਜਾਂਦੇ ਤੇਰੇ ਮਨ ਨੂੰ ਬੋ ਵਾਲੇ ਨਹੀਂ ਖਾਣੇ ਅੱਛਾ ਠੀਕ ਹੈ ਜਾਓ ਕੁਝ ਵੀ ਬਣਾ ਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਇੰਜੋਏ ਕਰਨ ਵਾਸਤੇ ਐਂਡ ਤੱਕ ਦੇਖਣਾ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੋ ਗਿਆ ਹੁਣ ਚਾਹ ਪੀ ਲਾਂ ਹਾਂ ਪੀ ਲਓ ਤੁਹਾਡੇ ਕੋ ਸਾਰਿਆਂ ਨੂੰ ਰਿਕੁਐਸਟ ਹੈ ਵੀ ਸ਼ੇਅਰ ਕਰੋ ਲਾਈਕ ਕਰੋ ਥੈਂਕ ਯੂ ਕਾਕੇ ਮਾਰ ਸਬਜ਼ੀ ਵਾਲਾ ਆਇਆ ਦੱਸ ਕਿਹੜੀ ਸਬਜ਼ੀ ਲੈਣੀ ਹੈ ਉਹੀ ਬਣਾ ਦਾਂਗੀ ਮੈਂ ਉਹ ਤੁਹਾਡਾ ਨਾ ਭਰਾ ਲੱਗਦਾ ਮੈਨੂੰ ਤੁਹਾਡੇ ਤੋਂ ਮਿਲਿਆ ਆਇਆ ਚਾਰ ਸਬਜ਼ੀਆਂ ਲੈ ਕੇ ਆਂਦਾ ਟੰਗ ਦੀਆਂ ਜ਼ਿਆਦਾ ਬਕਵਾਸ ਨਾ ਕਰਿਆ ਕਰ ਕੀ ਦੱਸ ਕੀ ਬਣਾਣਾ ਹੈ ਯਾਰ ਉਹ ਚਾਰ ਸਬਜ਼ੀਆਂ ਲੈ ਕੇ ਆਂਦਾ ਫਿਰ ਟੰਗ ਦੀ ਸਬਜ਼ੀ ਤੇ ਲੈ ਕੇ ਆਏ ਟੰਗ ਦੀ ਸਬਜ਼ੀ ਤੇਰੇ ਨੇ ਕੀ ਕੇਸ਼ਵ ਮੰਡੀ ਚੱਕ ਲਿਆ ਵੇ ਯਾਰ ਕੁਛ ਤਾਂ ਢੰਗ ਦਾ ਹੋਵੇ ਕੀ ਹੁੰਦਾ ਕਰ ਅੰਦਾ ਦੱਸ ਅੱਛਾ ਠੀਕ ਹੈ ਜੋ ਮਰਜ਼ੀ ਬਣਾ ਲਓ ਚਾਹੋ ਮੈਂ ਤਾਂ ਡਰਾ ਕੇ ਜਾ ਰਿਹਾ ਹੁਣ ਆਇਆ ਤੂੰ ਲੈਣ ਤੇ ਜਾ ਹੋਇਆ ਬਾਕੀ ਹਾਂਜੀ ਅਰਾਦਾ ਕੀ ਆ ਪਿਆ ਹੈ ਇਹਦੇ ਨਾਲ ਰੋਟੀ ਬਣਾਣਾ ਕੀ ਆ ਹਾਂ ਸੰਡੇ ਨੂੰ ਕੋਈ ਕੀਆ ਖਾਂਦਾ ਕਿਉਂ ਕੀਆ ਤੋਂ ਨਹੀਂ ਖਾਂਦਾ ਕੌਣ ਖਾਂਦਾ ਕੀਆ ਸੰਡੇ ਨੂੰ ਕਦੇ ਕੀ ਕਰਾਂ ਇਹਨੂੰ ਜੋ ਮਰਜ਼ੀ ਕਰੋ ਮੈਂ ਸਿਰ ਤੇ ਲਿਪ ਦੇ ਤੂੰ ਇਹਨੂੰ ਮਰਜ਼ੀ ਲਾਓ ਜਾ ਫੇ ਖਾਣਾ ਖਾ ਨਹੀਂ ਲਗਾ ਕਾਕੇ ਹਾਂਜੀ ਆਲੂ ਵੜੀਆਂ ਬਣਾਦਾ 2 ਮਿੰਟ ਸੇ ਬਣ ਜਾਣੀਆਂ ਕੀ ਗੱਲ ਕਰ ਰਹੇ ਹੋ ਜਿਵੇਸ਼ੂ ਆਲੂ ਵਾਲੀ ਭਾਜੀ ਨੇ ਕਿਹਾ ਆਲੂ ਵੜੀਆਂ ਸਾਡੇ ਅੰਦਰ ਕਦੀ ਨਹੀਂ ਵੜੀਆਂ ਤੁਹਾਡੇ ਤਾਂ ਡਰਾਮੇ ਹੀ ਨਹੀਂ ਮੁੱਕਦੇ ਖਾਣਾ ਖਾ ਨਹੀਂ ਲਗਾ ਇਹਨੇ ਜੋ ਮਰਜ਼ੀ ਬਣਾਓ ਕਾਕੇ ਕੀ ਮੈਨੂੰ ਪਾਰ ਬਣਾਇਆ ਦੱਸ ਨਾ ਕੀ ਬਣਾਵਾਂ ਚਿਕਨ ਖਾਦਾ ਦਿਲ ਕਰ ਰਿਹਾ ਚਿਕਨ ਲੈ ਕੇ ਆਵਾਂ ਬਾਹਰ ਨਹੀਂ ਮੈਂ ਨਹੀਂ ਚਿਕਨ ਖਾਣਾ ਬਾਹਰ ਦਾ ਚਿਕਨ ਅਸੀਂ ਨਹੀਂ ਖਾਣਾ ਬਾਹਰ ਦਾ ਚਿਕਨ ਹੋਰ ਜਿਹੜੇ ਗੈਲਰੀ ਚ ਪਏ ਗਮਲੇ ਉਹਦੇ ਚੋਂ ਗੱਲ ਜਦੋਂ ਨਿਕਲ ਆਣਗੇ ਤਾਂ ਖਾ ਲਾਂਗੇ ਤਾਂ ਦਾ ਚਿਕਨ ਉਦਾਂ ਦੀ ਗੱਲ ਕਰਿਆ ਕਰ ਅੱਛਾ ਜਿੱਦਾਂ ਦੀ ਸ਼ਕਲ ਉਦਾਂ ਦੀ ਗੱਲ ਕਰਦਾ ਤੂੰ ਜੋ ਮਰਜ਼ੀ ਬਣਾ ਯਾਰ ਮੇਰਾ ਚਿਕਨ ਖਾਣ ਦਾ ਦਿਲ ਕਰਦਾ ਤੁਸੀਂ ਕਿਹਦੀ ਖਾਂਦੇ ਹੋ ਨਹੀਂ ਮੇਰਾ ਦਿਲ ਨਹੀਂ ਕਰਦਾ ਚਿਕਨ ਨੂੰ ਮੇਰੇ ਸਾਹਮਣੇ ਉਹਦਾ ਵੱਢਦੇ ਆ ਨਾ ਮੇਰਾ ਦਿਲ ਨਹੀਂ ਕਰਦਾ ਖਾਣ ਤੁਹਾਡੇ ਸਾਹਮਣੇ ਕੱਢਦੇ ਇਸ ਕਰਕੇ ਦਰਦ ਹੁੰਦਾ ਹਾਂ ਮੈਂ ਨਹੀਂ ਖਾਣੀ ਠੀਕ ਹੈ ਦੇਖ ਮੈਂ ਕੁਝ ਨਹੀਂ ਬਣਾ ਰਿਹਾ ਠੀਕ ਇਹ ਮੰਮੀ ਮੰਮੀ ਕੀ ਗੱਲ ਆ ਕੀ ਆ ਪੀਜ਼ਾ ਮੰਗਾ ਲਾ ਪੀਜ਼ਾ ਹਾਂ ਕਿਉਂ ਹੱਥ ਦੀ ਕਿੰਨੀ ਆ ਇੱਕ ਤਰੀਕ ਆ ਹਾਂ ਤੇਰੀ ਤਨਖਾਹ ਆਈ ਹੋਣੀ ਨਾ ਤਾਂ ਕਰਕੇ ਬਸ 15 ਦਿਨ ਤੂੰ ਇਦਾਂ ਦਾ ਰਾਜਾ ਬਣਦਾ ਆ ਮੰਗਾ ਲਓ ਉਹ ਮੰਗਾ ਲਓ ਇਹ ਮੰਗਾ ਲਓ ਫੇ 15 ਦਿਨ ਬਾਅਦ ਮੇਰਾ ਮੂੰਹ ਦੇਖਦਾ ਰਹਿਣਾ ਹੈ ਬੋਲ ਤੇ ਕੀ ਹੋ ਗਿਆ ਯਾਰ ਪੀਜ਼ਾ ਮੰਗਾਉਣ ਚ ਕੀ ਦਿੱਕਤ ਹੈ ਕੋਈ ਪੀਜ਼ਾ ਖੁਲੇ ਮੈਂ ਦੱਸ ਕੀ ਖਾਣਾ ਹੈ ਯਾਰ ਤੁਸੀਂ ਕੁਝ ਵੀ ਬਣਾ ਲਓ ਚੌਲ ਚੂਲ ਕੁਝ ਵੀ ਬਣਾ ਲਓ ਠੀਕ ਆ ਚੌਲ ਹੀ ਬਣਾਉਂਗੀ ਫੇ ਲੈ ਚੌਲ ਹੈ 1 ਕਿਲੋ ਚਾਵਲ ਲੈ ਕੇ ਆ ਫੇ ਯਾਰ ਕਿੰਨੀ ਗਰਮੀ ਆ ਬਾਹਰ ਯਾਰ ਮੈਂ ਗਰਮੀ 'ਚ ਨਹੀਂ ਜਾਣਾ ਯਾਰ ਬਾਹਰ ਹਾਂ ਤੁਹਾਨੂੰ ਗਰਮੀ ਲੱਗਦੀ ਮੈਂ ਗੱਲ ਸੁਣ ਦੁਨੀਆ ਜਾਣਦੀ ਤੈਨੂੰ ਤਾਂ ਇਸ਼ਟ ਗੇਲ ਨੂੰ ਕਦੀ ਗਰਮੀ ਨਹੀਂ ਲੱਗ ਸਕਦੀ ਉਹ ਇਸ਼ਟ ਗੇਲ ਨਹੀਂ ਹੁੰਦਾ ਕ੍ਰਿਸ ਗੇਲ ਹੁੰਦਾ ਯਾਰ ਕੋਈ ਵੀ ਹੁੰਦਾ ਮਗਰ ਤੁਹਾਨੂੰ ਗਰਮੀ ਨਹੀਂ ਲੱਗਦੀ ਇਹ ਦੇਖ ਤੂੰ ਤੁਸੀਂ ਇੱਜ਼ਤ ਬੜੀ ਕਰਦੇ ਹੋ ਯਾਰ ਚੱਲ ਮੇਰੀ ਗੱਲ ਸੁਣ ਤੇ ਜਾਂ ਤੂੰ 150 ਰੁਪਏ ਦਾ ਮੀਟ ਲੈ ਆ ਮੀਟ ਹਾਂ ਹੁਣ ਤਾਂ ਤੁਸੀਂ ਕਹਿ ਰਹੇ ਸੀ ਮੁਰਗਾ ਮਾਰਦੇ ਉਹਨੂੰ ਦਰਦ ਹੁੰਦੀ ਹੁਣ ਬੱਕਰੇ ਨੂੰ ਦਰਦ ਨਹੀਂ ਹੁੰਦੀ ਅਰੇ ਮੁਰਗਾ ਤਾਂ ਸਾਹਮਣੇ ਕੱਟਦੇ ਆ ਉਹ ਤਾਂ ਦੇਖ ਨਹੀਂ ਹੁੰਦਾ ਮੈਂ ਤਾਂ ਨਹੀਂ ਖਾਂਦੀ ਤੇ ਫਿਰ ਉਹ ਬੱਕਰਾ ਤਾਂ ਪਹਿਲੇ ਦਾ ਕੱਟਿਆ ਹੁੰਦਾ ਲਟਕਿਆ ਹੁੰਦਾ ਹੈ ਉਹ ਚ ਕਿਹੜੀ ਜਾਨ ਹੁੰਦੀ ਹੈ ਖਾ ਲੈਂਦੀ ਨੋ 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 ਉਹ ਵੀ 150 ਰੁਪਏ ਤੋਂ ਲੈ ਕੇ ਆਵਾਂ ਤੇ ਤੇਰੀ ਤਨਖਾਹ ਨਹੀਂ ਆਈ ਓ ਯਾਰ ਤਨਖਾਹ ਆ ਗਈ ਆ ਸੈਲਰੀ ਆ ਗਈ ਬਟ ਉਹ ਏਟੀਐਮ ਨਹੀਂ ਚੱਲ ਰਿਹਾ ਮੇਰਾ ਤੇਰੀ ਜ਼ਬਾਨ ਚੱਲਦੀ ਪੈਰ ਚੱਲਦੇ ਹੱਥ ਚੱਲਦੇ ਤੇਰਾ ਏਟੀਐਮ ਨਹੀਂ ਚੱਲਦਾ ਓ ਯਾਰ ਨਹੀਂ ਚੱਲ ਰਿਹਾ ਯਾਰ ਦੇ ਦੋ 150 ਰੁਪਏ ਕੀ ਹੋ ਗਿਆ ਚੱਲ ਜਾ ਤੇ ਮੇਰੇ ਪਰਸ ਤੋਂ 150 ਰੁਪਏ 150 ਨਹੀਂ ਨਹੀਂ ਤਾਂ ਦੇਖ ਲਈ ਕਿ 150 ਦੀ ਇੱਜ਼ਤ ਮੇਰੀ ਵਾਹ ਜੀ ਇੱਜ਼ਤ ਉੱਜਤ ਆਣੀ ਚੱਲ ਲੈ ਗਿਆ ਹਾਂਜੀ